ਸਤਿਕਾਲ ਜੀ ਸਾਰਿਆਂ ਨੂੰ ਤੇ ਸਾਰੇ ਮਾਨਸਾ ਨਿਵਾਸੀਆਂ ਨੂੰ ਤੇ ਜਿਹੜੇ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਦੇਖ ਰਹੇ ਨੇ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਨਾਲ ਮੌਜੂਦ ਸਾਡੇ MC ਸਾਹਿਬ, ਸਾਰੇ ਭਗਵੰਤ ਸਰਪੰਚ ਸਾਹਿਬਾਨ, ਬਲਾਕ ਸੰਮਤੀ ਮੈਂਬਰ, ਜਿੰਨੇ ਵੀ ਸਾਡੇ ਕਾਂਗਰਸ ਦੇ ਸਾਰੇ ਇੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਨੇ, ਤੁਹਾਨੂੰ ਸਭ ਨੂੰ ਜੀ ਆਇਆਂ ਆਖਦਾ। ਅੱਜ ਜੀ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਮੇਨ ਮੁੱਦਾ ਵੀ ਕੱਲ੍ਹ ਜਿਹੜੀ ਸਾਡੀ ਸਿੱਧੂ ਸਾਹਿਬ ਨਾਲ, ਨਵਜੋਤ ਸਿੰਘ ਸਿੱਧੂ ਜੀ ਨਾਲ ਸਾਡੇ PCC ਦੇ ਪ੍ਰੈਜੀਡੈਂਟ ਨੇ, ਉਹਨਾਂ ਨੇ ਕਿਹੜੀ ਸਾਡੀ ਮੀਟਿੰਗ ਹੋਈ ਸੀਗੀ ਉਸ ਨੂੰ ਉਹਦੇ ਸੰਬੰਧ ਵਿੱਚ ਰੱਖੀ ਗਈ ਹੈ। ਕੁਛ ਫੋਟੋਆਂ ਵੀ ਆਈਆਂ ਸੀ ਬਾਹਰ। ਸਾਡੇ ਉਹ PCC ਦੇ ਪ੍ਰੈਜੀਡੈਂਟ ਨੇ, ਸਾਡੇ ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਨੇ ਇੱਕ ਮਿੰਟ ਜੀ, ਉਹਨਾਂ ਦੀ ਸੱਦੀ 'ਤੇ ਅਸੀਂ ਇੱਥੇ ਗਏ ਸੀਗੇ। ਉਹ ਐਜ਼ ਆ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਦਾ ਫਰਜ਼ ਬਣਦਾ ਹੀ ਸਾਨੂੰ ਬੁਲਾਉਣਾ, ਕਿਉਂਕਿ ਅਸੀਂ ਵੀ ਇੱਥੋਂ ਪਿਛਲੇ ਕਈ ਸਾਲਾਂ ਤੋਂ ਅਸੀਂ ਇੱਥੇ ਮਿਹਨਤ ਕਰ ਰਹੇ ਹਾਂ ਅਤੇ ਸਾਡਾ ਹੀ ਫਰਜ਼ ਬਣਦਾ ਸੀ ਉਹਨਾਂ ਨੇ ਸੱਦੇ ਤੋਂ ਉੱਥੇ ਜਾਣਾ। ਉਹਨਾਂ ਨੇ ਅਸੀਂ ਉਹਨਾਂ ਨੂੰ ਕਲੀਅਰ ਕੀਤਾ ਜੀ ਸਾਡੇ ਮਾਨਸਾ ਦੀ ਕੀ ਸਿਚੁਏਸ਼ਨ ਆ, ਆਲੇ ਦੁਆਲੇ ਹਲਕਿਆਂ ਦੀ ਕੀ ਸਿਚੁਏਸ਼ਨ ਆ, ਕਿਉਂਕਿ 2017 ਦੇ ਵਿੱਚ ਵੀ ਆਪਾਂ ਨਤੀਜਾ ਦੇਖ ਹੀ ਚੁੱਕੇ ਹਾਂ ਜੇ ਟਿਕਟ ਦੀ ਗਲਤ ਵੰਡ ਹੋਈ। ਉਸ ਦੇ ਰਿਗਾਰਡਿੰਗ ਅਸੀਂ ਉੱਥੇ ਗਏ ਸੀਗੇ ਜੀ ਅਤੇ ਉੱਥੇ ਕੋਈ, ਅੱਜ ਟ੍ਰਿਬਿਊਨ ਨੇ ਵੀ ਖਬਰ ਲੱਗੀ ਹੈ ਜੀ, ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ। ਟ੍ਰਿਬਿਊਨ ਨੇ ਵੀ ਲਾਈ ਹੈ ਬਈ ਗਾਗੋਵਾਲ ਦੇ ਕਿਹੜੇ ਫੈਮਿਲੀ ਹੈ, ਗਾਗੋਵਾਲ ਦਾ ਗ੍ਰੈਂਡਸਨ ਮਾਈਕਲ ਗਾਗੋਵਾਲ, ਉੱਥੋਂ ਨਾ ਦੇ ਕੇ ਬਈ ਉੱਥੋਂ ਨਾਮਨਜ਼ੂਰ ਹੋ ਕੇ ਉਹ ਮੀਟਿੰਗ ਦੇ ਵਿੱਚ ਉੱਠ ਕੇ ਆਏ ਨੇ ਅਤੇ ਅਸੀਂ ਸਖ਼ਤ ਸ਼ਬਦ ਵੀ ਕਿਹਾ ਕਿ ਜੀ ਜੇ ਕਿਸੇ ਕਾਂਗਰਸੀ ਨੂੰ ਦਿਓਗੇ ਅਸੀਂ ਉਹਨਾਂ ਨਾਲ ਆ, ਪਰ ਜੇ ਕੋਈ ਬਾਹਰਲਾ ਬੰਦਾ ਜਾਂ ਕੋਈ ਹੋਰ ਜਿਹਨੂੰ ਉਮੀਦ ਆ ਵੀ ਟਿਕਟ ਦੇਣ ਦੀ, ਅਸੀਂ ਉਹਦੇ ਖਿਲਾਫ਼ ਚੱਲਾਂਗੇ। ਅਤੇ ਕਿਉਂਕਿ 2017 ਦੇ ਵਿੱਚ ਵੀ ਤੁਹਾਨੂੰ ਸਭ ਨੂੰ ਪਤਾ ਹੀ ਹੈ ਜੀ ਬਈ ਬਾਂਸਲ ਸਾਹਿਬ ਨੂੰ ਕੋਈ ਟਿਕਟ ਦਿੱਤੀ ਸੀਗੀ, ਉਦੋਂ ਯੁਵਰਾਜ ਜੀ ਘਰ ਆ ਕੇ ਕਹਿ ਕੇ ਗਏ ਸੀਗੇ, ਚਲੋ ਮੂਸੇਵਾਲਾ ਸਾਹਿਬ ਦਾ ਨਾਮ ਥੋੜ੍ਹਾ ਜਿਹਾ ਹਾਈਲਾਈਟ ਵੱਧ ਹੁੰਦਾ ਤਾਂ ਥੋੜ੍ਹੀ ਗੱਲ ਹਾਈਲਾਈਟ ਹੋ ਜਾਂਦੀ। ਉਦੋਂ ਵੀ ਕ੍ਰਿਸ਼ਨਾ ਐਲੋਵੇਰੇ ਜੀ ਜੋ ਕਿ ਯੂਥ ਕਾਂਗਰਸ ਦੇ ਇੰਚਾਰਜ ਨੇ ਆਲ ਇੰਡੀਆ ਦੇ, ਉਹ ਵੀ ਉਦੋਂ ਆਏ ਸੀਗੇ ਮਨਾਉਣ ਸਾਨੂੰ। ਯੁਵਰਾਜ ਜੀ ਵੀ ਉਦੋਂ ਰਾਤ ਨੂੰ ਘਰ ਆ ਕੇ ਗਏ ਨੇ, ਆ ਸਾਰੇ ਜਾਣਦੇ ਨੇ ਸਰ। ਉਦੋਂ 2017 ਦੇ ਵਿੱਚ ਉਦੋਂ ਵੀ ਅਸੀਂ ਉਹਨਾਂ ਨੂੰ ਸਖ਼ਤ ਸ਼ਬਦਾਂ ਵਿੱਚ ਕਿਹਾ ਸੀ ਬਈ ਅਸੀਂ ਬਾਂਸਲ ਸਾਹਿਬ ਦੀ ਮਦਦ ਨਹੀਂ ਕਰ ਸਕਦੇ, ਉਹ ਸਾਰੇ ਮਾਨਸਾ ਨਿਵਾਸੀਆਂ ਨੂੰ ਪਤਾ ਵੀ ਸਾਡਾ ਸਟੈਂਡ ਕੀ ਆ। ਉਸੇ ਤਰ੍ਹਾਂ ਐਤਕੀ ਵਾਰ ਦੀ ਇਹੀ ਗੱਲ ਆ ਬਈ ਅਸੀਂ ਜੇ ਕਾਂਗਰਸ ਤੋਂ ਬਿਨਾਂ ਕਿਸੇ ਨੂੰ ਟਿਕਟ ਮਿਲਦੀ ਆ ਅਸੀਂ ਉਹਦਾ ਵਿਰੋਧ ਕਰਾਂਗੇ। ਜੇ ਕਿਸੇ ਕਾਂਗਰਸ ਨੂੰ ਮਿਲੀ ਜੀ ਜ਼ਰੂਰ ਕਰਾਂਗੇ ਜੀ, ਕਿਉਂਕਿ ਟਕਸਾਲੀ ਕਾਂਗਰਸ ਨੂੰ ਮਿਲੀ ਜ਼ਰੂਰ ਕਰਾਂਗੇ ਜੀ। ਕੀ ਕਾਰਨ ਹੈ ਵੀ ਜਿਹੜੀ ਹਾਈ ਕਮਾਨ ਹੈ ਜਾਂ ਤੁਸੀਂ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਜਿਸ ਤਰ੍ਹਾਂ ਤੁਸੀਂ ਪਰਿਵਾਰ ਹੋ ਜਿਹੜੇ ਇੱਕ ਪੁਰਾਣੇ ਕੈਬਨਿਟ ਮੰਤਰੀ ਰਹੇ ਤੁਹਾਡੇ ਦਾਦਾ ਜੀ ਅਤੇ ਗੁਰਪ੍ਰੀਤ ਲਾ ਲਓ, ਜਸਪਿੰਦਰ ਲਾ ਲਓ, ਮੌਜੂਦਾ MLA, ਕਿਉਂ ਇਹਨਾਂ ਸਾਰਿਆਂ ਨੂੰ ਇਗਨੋਰ ਕਰਕੇ ਕਾਂਗਰਸ ਇੱਕ ਪੈਰਾਸ਼ੂਟ ਰਾਹੀਂ ਬੰਦੇ ਨੂੰ ਉਤਾਰ ਰਹੀ ਹੈ? ਉਹਦੀ ਕਾਂਗਰਸ ਦਾ ਹਾਈਕਮਾਂਡ ਦਾ ਫੈਸਲਾ ਤਾਂ ਮੋਗੇ ਦੇ ਵਿੱਚ ਮੌਜੂਦਾ MLA ਨੂੰ ਕੱਟ ਕੇ ਕਿਸੇ ਹੋਰ ਨੂੰ ਟਿਕਟ ਦੇ ਰਹੇ ਨੇ ਜੀ, ਮੌਜੂਦਾ MLA ਨੂੰ ਕੱਟ ਕੇ, ਕਾਂਗਰਸ ਦਾ ਮੌਜੂਦਾ MLA ਆ ਉਹਨੂੰ ਟਿਕਟ ਕੱਟ ਕੇ ਕਿਸੇ ਹੋਰ ਨੂੰ ਦੇਣੇ, ਤਾਂ ਹਾਈਕਮਾਂਡ ਦਾ ਫੈਸਲਾ, ਬਾਕੀ ਆਪਣਾ ਫੈਸਲਾ ਗਾ ਜੀ, ਲੋਕਾਂ ਦਾ ਫੈਸਲਾ, ਉਹਨਾਂ ਨੇ ਆਪਦਾ ਫੈਸਲਾ ਕਰ ਲਿਆ ਸੀ, ਆਪਦਾ ਫੈਸਲਾ ਕਰ ਲਾਂਗੇ। ਸਿੱਧੂ ਸਾਹਿਬ ਨੇ ਸਾਨੂੰ ਤਾਂ ਬੁਲਾਇਆ ਜੀ, ਜੇ ਸਾਡੇ ਪੱਲੇ ਕੱਖ ਸੀਗਾ, ਮਾਨਸਾ ਲੋਕ ਜੇ ਸਾਡੇ ਨਾਲ ਨੇ, ਆ ਜਿੰਨੇ ਮੂਹਤਵਾਰ ਬੰਦੇ ਮੇਰੇ ਪਿੱਛੇ ਖੜ੍ਹੇ ਨੇ ਜਾਂ ਮੇਰੇ ਨਾਲ ਨੇ, ਸਭ ਤੋਂ ਮੇਥੋਂ ਸਾਰੇ ਉਮਰ 'ਚ ਵੱਡੇ ਨੇ, ਮੇਥੋਂ ਸਭ ਤੋਂ ਸਿਆਣੇ ਨੇ ਮੇਥੋਂ ਸਾਹਿਬ, ਸਾਡੇ 'ਚ ਪੱਲੇ ਸੀ ਤਾਂ ਹੀ ਸਿੱਧੂ ਸਾਹਿਬ ਨੇ ਸਾਨੂੰ ਬੁਲਾਇਆ, ਤਾਂ ਹੀ ਸਿੱਧੂ ਸਾਹਿਬ ਨੇ ਕਿਹਾ ਜੀ ਬਈ ਨਾਲ ਪਾਰਟੀ ਦਾ ਸਮਰਥਨ ਕਰੋ। ਪਰ ਉਹ ਇਹਨਾਂ ਦੇ ਨਾਲ ਸਾਡਾ ਨਹੀਂ ਹੈਗਾ ਬਈ ਅਸੀਂ ਬੰਦ ਕਮਰੇ 'ਚ ਇੱਕ ਆਪਦਾ ਫੈਸਲਾ ਕਰਕੇ ਆਈਏ, ਕਿਉਂਕਿ ਕਿਹੜੀ ਸਾਡੀ ਪੋਲਿਟਿਕਸ ਹੈ, ਕਿਹੜੀ ਸਾਡੀ ਰਾਜਨੀਤੀ ਹੈ ਜੀ, ਉਹ ਹੈ ਲੋਕਾਂ ਦੀ ਰਾਜਨੀਤੀ ਹੈ ਅਤੇ ਇੰਪ੍ਰੈਸ਼ਨ ਦੀ ਰਾਜਨੀਤੀ ਹੈ ਅਤੇ ਸਟੈਂਡ ਦੀ ਰਾਜਨੀਤੀ ਹੈ। ਬਈ ਲੋਕਾਂ ਨੂੰ ਪਤਾ ਵੀ ਗਾਗੋਵਾਲ ਪਰਿਵਾਰ ਦਾ ਇੱਕ ਸਟੈਂਡ ਆ ਅਤੇ ਇੱਕ ਚੰਗੇ, ਅਸੀਂ ਕਿਤੇ ਵੀ ਕੋਈ ਬੰਦਾ ਸਾਨੂੰ ਕੋਈ ਦਾ ਉਂਗਲ ਚੱਕ ਨਹੀਂ ਸਕਦਾ ਸਾਡੇ ਪਰਿਵਾਰ ਕੰਨੀ, ਚਾਹੇ ਉਹ ਗਾਗੋਵਾਲ ਸਾਹਿਬ ਹੋਣ ਚਾਹੇ ਅਸੀਂ ਹੋਈਏ, ਮੈਂ ਅਤੇ ਮੇਰੀ ਮਾਤਾ ਜੀ, ਕੋਈ 5-6 ਸਾਲਾਂ 'ਚ ਅਸੀਂ ਕੋਈ ਐਂ ਨਹੀਂ ਕੋਈ ਬੰਦਾ ਕਹਿ ਸਕਦਾ ਵੀ ਸਾਥੋਂ ਕੋਈ ਪੈਸੇ ਲੈ ਗਏ ਜਾਂ ਸਾਥੋਂ ਕੋਈ ਸਾਡਾ ਗਲਤ ਕੰਮ ਕਰਦਾ। ਜੇ ਕੋਈ ਵੀ ਵਰਕਰ ਕਿਸੇ ਵੀ ਤੁਹਾਡੇ ਨਾਲ ਸੰਬੰਧ ਰੱਖਦਾ, ਚਾਹੇ ਉਹ ਬਾਂਸਲ ਤੁਹਾਡੇ ਨਾਲ ਰੱਖਦਾ ਹੋਵੇ, ਚਾਹੇ ਉਹ ਮਾਨਸੀਆ ਸਾਹਿਬ ਨਾਲ ਤੁਹਾਡੇ ਨਾਲ ਰੱਖਦਾ ਹੋਵੇ, ਅਸੀਂ ਕਿਸੇ ਦਾ ਮਾੜਾ ਨਹੀਂ ਕੀਤਾ ਕਿਤੇ ਵੀ। ਕੋਈ ਇੱਕ ਬੰਦਾ ਕਹਿ ਦੇ ਵੀ ਗਾਗੋਵਾਲ ਪਰਿਵਾਰ ਨੇ ਮੇਰਾ ਮਾੜਾ ਕੀਤਾ, ਮੇਰੇ ਖਿਲਾਫ਼ ਪਿੰਡ ਮੇਰੇ 'ਤੇ ਕੋਈ ਪਰਚਾ ਦੀ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਹੈ, ਕਰਾਉਣਾ ਦੂਰ ਦੀ ਗੱਲ ਹੈ। ਇਸੇ ਤਰ੍ਹਾਂ ਬਈ ਕਿਹੜਾ ਅੱਗੇ ਦਾ ਫੈਸਲਾ ਹੋਊਗਾ ਉਹ ਅਸੀਂ ਆਪਦੇ ਵਰਕਰ ਨਾਲ ਦੋਵੇਂ ਵਰਕਰ ਮੀਟਿੰਗ ਕਰਕੇ ਤੁਹਾਨੂੰ ਦੱਸ ਦਿੱਤਾ ਜਾਊਗਾ। ਦੇਖੋ ਜੀ ਫੋਟੋਆਂ, ਦੇਖੋ ਪਾਰਟੀ ਦੇ ਪ੍ਰਧਾਨ ਨੇ, ਸਾਡਾ ਜਾਣ ਦਾ ਫਰਜ਼ ਹੈ ਜੀ। ਉਹਨਾਂ ਦੇ ਘਰੇ ਗਏ ਸੀ ਸਿੱਧੂ ਸਾਹਿਬ ਦੇ ਆਪਦੀ ਰਿਹਾਇਸ਼ 'ਤੇ ਗਏ ਸੀਗੇ, ਅਸੀਂ ਕੋਈ ਊਂ ਤਾਂ ਮਿਲੇ ਨਹੀਂ ਗਏ ਜੀ। ਸਿੱਧੂ ਸਾਹਿਬ ਨੇ ਬੁਲਾਇਆ ਸੀਗਾ, ਉਹਨਾਂ ਨੂੰ ਵੀ ਬੁਲਾਇਆ ਹੋਊਗਾ, ਹੋਰ ਵੀ ਡਿਸਕਸ਼ਨ ਹੋਈਆਂ, ਪਰ ਉੱਥੇ ਜਵਾਬ ਦੇ ਕੇ ਆ ਗਏ ਸੀ, ਕਿਉਂਕਿ ਤੁਹਾਨੂੰ ਵੀ ਪਤਾ ਜੀ ਆਪਣੇ ਤੋਂ ਸਾਰੇ ਜਾਣਦੇ ਹੋ ਬਈ ਪਹਿਲਾਂ ਵੀ ਸਾਨੂੰ ਚੇਅਰਮੈਨ ਵਾਸਤੇ ਜਦੋਂ ਕੋਡ ਆਫ ਕੰਡਕਟ ਨਹੀਂ ਲੱਗਿਆ ਸੀ ਉਦੋਂ ਵੀ ਸਾਨੂੰ ਆਫਰ ਆਈਆਂ ਸੀਗੀਆਂ ਜੀ।
ਕੱਲ ਵੀ ਕੋਈ ਆਫਰ ਆਈ ਹੈ? ਹਾਂਜੀ ਓਪਰ ਅਸੀਂ ਜੇ ਲੈਣੀ ਹੁੰਦੀ ਜੇ ਆਪਾਂ ਆਫਰ ਮੰਨਣੀ ਹੁੰਦੀ ਕੋਈ ਚੇਅਰਮੈਨ ਦੀ ਕੋਈ ਉਸੇ ਵਿੱਚ ਲਾ ਲਓ ਕਿਉਂਕਿ ਪਾਰਟੀ ਦੇ ਵਿਧਨ ਦੇ ਪਾਰਟੀ ਹੈ ਅਸੀਂ ਪਾਰਟੀ ਦੇ ਵਿੱਚ ਹਾਂ ਅਸੀਂ ਪਾਰਟੀ ਦੀਆਂ ਗੱਲਾਂ ਜਿਵੇਂ ਗੱਲ ਕਰਦੇ ਹਾਂ ਸਾਨੂੰ ਸ਼ੋਭਾ ਨਹੀਂ ਦਿੰਦੀ ਹਰੇਕ ਦਾ ਅੱਡ ਨਜ਼ਰੀਆ ਹੁੰਦਾ ਸਾਡਾ ਮੈਂ ਕਿਤੇ ਵੀ ਕਿਸੇ ਸ਼ਾਨ ਦੇ ਖਿਲਾਫ਼ ਨਹੀਂ ਬੋਲਿਆ ਪਹਿਲਾਂ ਵੀ ਕਿਉਂਕਿ ਸਿੱਧੂ ਮੂਸੇਵਾਲਾ ਸਾਹਿਬ ਦਾ ਸਭ ਤੋਂ ਪਹਿਲਾਂ ਵਿਰੋਧ ਅਸੀਂ ਕੀਤਾ ਸੀਗਾ ਜੀ ਜਿੱਧਰੋਂ ਜੁਆਇਨ ਕੀਤੇ ਸੀ ਵਿਰਾਸਤ ਪੈਲਸ 'ਚ ਅਸੀਂ ਵਰਕਰ ਮੀਟਿੰਗ ਕੀਤੀ ਸੀ 2500-3000 ਬੰਦੇ ਦੀ ਉਦੋਂ ਬਾਅਦ ਅਸੀਂ ਰੈਲੀ ਕੀਤੀ ਜੀ ਅਤੇ ਉਦੋਂ ਬਾਅਦ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਨਾ ਜੇ ਉਹਨਾਂ ਨਾਲ ਕਿਤੇ ਵੀ ਗੱਲ ਹੋਈ ਆ ਜਾਂ ਉਹਨਾਂ ਦੇ ਵਰਕਰਾਂ ਨਾਲ ਉਹ ਕਹਿੰਦੇ ਆ ਸਾਡੀ ਗੱਲ ਹੋ ਗਈ ਅੰਦਰ ਕਦੀ ਮਾਈਕਲ ਨਾਲ ਸਾਡੀ ਇੱਕੋ ਗੱਲ ਆ ਸਾਡੇ ਨਾਲ ਹੀ ਆ ਕੇ ਖੜੂਗਾ ਅੱਜ ਨਹੀਂ ਗੱਲ ਉਹ ਤਾਂ ਦੇਖੋ ਬਾਂਸਲ ਸਾਹਿਬ ਵੀ ਪਿਛਲੀ ਵਾਰੀ ਇਹੀ ਕਹਿੰਦੇ ਸੀ ਵੀ ਗਾਗੋਵਾਲ ਪਰਿਵਾਰ ਸਾਡਾ ਪਰਿਵਾਰ ਆ ਉਹ ਤਾਂ ਜੀ ਉਹਨਾਂ ਨੇ ਇਲੈਕਸ਼ਨ ਲੜਨੀ ਆ ਉਹਨਾਂ ਫਰਜ਼ ਜੇ ਮੈਂ ਉਹਨਾਂ ਸਾਨੂੰ ਮੈਂ ਕੀ ਕਹੂੰਗਾ ਮੈਂ ਵੀ ਇਹੀ ਕਹੂੰਗਾ ਜੀ ਜੇ ਮੈਂ ਇਲੈਕਸ਼ਨ ਨਾਲ ਜੇ ਮੈਂ ਕੰਪਰੋਮਾਈਜ਼ ਕਰ ਰਿਹਾ ਮੈਂ ਉਹਨਾਂ ਨੂੰ ਮਤ ਕਰਦਾ ਹੁੰਦਾ ਮੈਂ ਕੱਲ੍ਹ ਵੀ ਸਪੋਰਟਸ ਕਿੱਟਾਂ ਵੰਡ ਕੇ ਆਈ ਪਰਸੋਂ ਵੀਰ ਖੁਰਦ ਪਿੰਡ ਖੜੇ ਨਹੀਂ ਤੇ ਵੀਰ ਖੁਰਦ ਵਾਲੇ ਕੱਲ੍ਹ ਨੂੰ ਮੈਂ ਕੋਟਲੀ ਵੰਡਣੀ ਆ ਜੀ ਪਰਸੋਂ ਮੈਂ ਤਾਮਕੋਟ ਵੰਡਣੀ ਆ ਮੈਂ ਆਪਦੇ ਘਰ 'ਚੋਂ ਖਰਚਾ ਕਰਕੇ ਜੀ ਆਪਦੇ ਘਰ ਵਾਸਤੇ ਆਪਦੇ ਘਰ ਤੋਂ ਮੈਂ ਨਹੀਂ ਮੈਂ ਐਂ ਨਹੀਂ ਮੈਂ ਆਪਾਂ ਅਸੀਂ ਕੁਝ ਦੇ ਰਹੇ ਹਾਂ ਪਰ ਐਂ ਆਪਦੇ ਵਰਕਰਾਂ ਨੂੰ ਅਤੇ ਆਪਦੇ ਲੋਕਾਂ ਨੂੰ ਤਾਂ ਨਾਲ ਰੱਖਣਾ ਨਾ ਜੇ ਮੈਂ ਕੋਈ ਇਲੈਕਸ਼ਨ ਨਾਲ ਲੜਨੀ ਹੋਵੇ ਜਾਂ ਮੈਂ ਇਲੈਕਸ਼ਨ ਵਾਸਤੇ ਕੋਈ ਮੈਂ ਕਹਿ ਦਿਉ ਵੀ ਮੂਸੇ ਨੂੰ ਸਮਝ ਕੋਈ ਬਈ ਮੈਂ ਅਸੀਂ ਆਪਣਾ ਅਸੀਂ ਇਹਨਾਂ ਦੀ ਮਦਦ ਕਰ ਦਾਂਗੇ ਫਿਰ ਮੈਂ ਆਪਦੇ ਘਰ 'ਚੋਂ ਖਰਚਾ ਕਿਉਂ ਕਰਾਂ ਜੀ ਕੋਈ ਵੀ ਤੁਸੀਂ ਸਾਰੇ ਸਿਆਣੇ ਤੁਸੀਂ ਸਾਰੇ ਮੈਨੂੰ ਸਮਝਦਾਰ ਹੋ ਜੇ ਮੈਂ ਆਪਦੇ ਘਰ 'ਚ ਖਰਚਾ ਕਰਕੇ ਆਪਦੇ ਸਪੋਰਟਸ ਕਿੱਟਾਂ ਵੰਡਾਂ ਕਿਉਂਕਿ ਵੋਟਾਂ ਤੋਂ ਪਹਿਲਾਂ ਹਰ ਕੋਈ ਵੰਡਦਾ ਜੀ ਹਰ ਕੋਈ ਵੰਡਦਾ ਪਰ ਕਦੋਂ ਪਤਾ ਹੋਈ ਵੀ ਟਿਕਟ ਨਹੀਂ ਮਿਲ ਰਹੀ ਤਾਂ ਵੀ ਮੈਂ ਵੰਡ ਰਿਹਾ ਕੋਈ ਇਹ ਨਹੀਂ ਵੱਡੀ ਗੱਲ ਕਰ ਰਿਹਾ ਮੈਂ ਕੋਈ ਇਹ ਨਹੀਂ ਕੋਈ ਮੈਂ ਲੋਕਾਂ ਦਾ ਅਹਿਸਾਨ ਕਰ ਰਿਹਾ ਪਰ ਮੈਂ ਸੋਚ ਉਹ ਦੱਸ ਰਿਹਾ ਸਾਡਾ ਸਟੈਂਡ ਕਲੀਅਰ ਆ ਬਈ ਜੇ ਕਾਂਗਰਸ ਨੂੰ ਮਿਲਦੀ ਆ ਜ਼ਰੂਰ ਕਰ ਦਾਂਗੇ ਜੇ ਉਹਨਾਂ ਨੂੰ ਨਹੀਂ ਮਿਲਦੇ ਨਹੀਂ ਕਰਾਂਗੇ ਸਿੱਧੂ ਮੂਸੇਵਾਲੇ ਦੇ ਸਾਹਮਣੇ ਤੁਹਾਡੀ ਨਵਜੋਤ ਸਿੱਧੂ ਦੇ ਸਾਹਮਣੇ ਤੁਹਾਡੀ ਕੀ ਗੱਲਬਾਤ ਹੋਈ ਸਿੱਧੂ ਮੂਸੇਵਾਲੇ ਦੇਖੋ ਜੀ ਉਹ ਤਾਂ ਪਾਰਟੀ ਤੋਂ ਦੇਖੋ ਮੈਂ ਜਿਹਦਾ ਪਾਰਟੀ 'ਚ ਛੱਡਦਾ ਫਿਰ ਤਾਂ ਮੈਂ ਤੁਹਾਨੂੰ ਦੱਸਦਾ ਸਾਰੀ ਗੱਲ ਉਹਨਾਂ ਨੇ ਕਿਹਾ ਵੀ ਪਾਰਟੀ ਦੇ ਪ੍ਰਧਾਨ ਦਾ ਇੱਕ ਧਰਮ ਹੁੰਦਾ ਜਾਂ ਲਾ ਲਓ ਜਾਂ ਉਹਨਾਂ ਦਾ ਇੱਕ ਫਰਜ਼ ਹੁੰਦਾ ਵੀ ਪਾਰਟੀ ਨੂੰ ਇਕੱਠੇ ਰੱਖਣਾ ਉਹਨਾਂ ਨੇ ਵੀ ਕੁਛ ਕਿਹਾ ਹੋਊਗਾ ਜੀ ਇਹਨੀ ਮਦਦ ਕਰੋ ਠੀਕ ਹੈ ਜੀ ਐਂ 100 ਗੱਲਾਂ ਹੁੰਦੀਆਂ ਨੇ ਜੀ ਉਹ ਸਾਡਾ ਫੈਸਲਾ ਸੀ ਮਦਦ ਕਰਨੀ ਨਹੀਂ ਕਰਨੀ ਅੱਜ ਟ੍ਰਿਬਿਊਨ ਨੇ ਤਾਂ ਨਾਲ ਦੀ ਟ੍ਰਿਬਿਊਨ ਆਪਣੇ ਦਾ ਇੰਗਲਿਸ਼ ਟ੍ਰਿਬਿਊਨ ਦਾ ਮੈਨੂੰ ਫੋਨ ਆਇਆ ਜੀ ਅਜੀਤ ਦੇ ਪੱਤਰਕਾਰ ਦਾ ਮੈਨੂੰ ਫੋਨ ਆਇਆ ਉਹ ਬਈ ਕਹਿੰਦੇ ਵੀ ਆਹ ਫੋਟੋ ਮੈਂ ਬਈ ਬੁਲਾਇਆ ਜਾਣ ਦੀ ਸਾਡੀ ਆਪਣਾ ਫਰਜ਼ ਆ ਜੇ ਸਾਨੂੰ ਕੱਲ੍ਹ ਨੂੰ ਬੁਲਾਉਣਾ ਮੈਂ ਕੱਲ੍ਹ ਨੂੰ ਵੀ ਜਾਊਂਗਾ ਜੀ ਮੈਨੂੰ ਹਰੀਸ਼ ਚੌਧਰੀ ਜੀ ਵੀ ਨੇ ਬੁਲਾਇਆ ਸੀ ਰੈਲੀ ਤੋਂ ਪਹਿਲਾਂ ਕੱਲਿਆਂ ਨੂੰ ਅਸੀਂ ਮੌੜ ਵੀ ਰੈਲੀ ਕੀਤੀ ਆ ਪਰ ਐਂ ਨਹੀਂ ਕਿ ਅਸੀਂ ਉਹਨਾਂ ਦੇ ਦੇਖੋ ਉਹ ਸਾਡੇ ਪਾਰਟੀ ਦੇ ਲੀਡਰ ਨੇ ਸਾਡਾ ਜਾਣ ਦਾ ਫਰਜ਼ ਹੈ ਜਿਵੇਂ ਅੱਜ ਐੱਮ ਐੱਲ ਏ ਸਾਹਿਬ ਦੀ ਮੈਂ ਅੱਜ ਇੰਟਰਵਿਊ ਸੁਣ ਰਿਹਾ ਸੀ ਮਾਨਸੇ ਸਾਹਿਬ ਦੇ ਅੱਜ ਪਹਿਲਾਂ ਸਿੱਧੂ ਮੂਸੇਵਾਲਾ ਸਾਹਿਬ ਘਰੇ ਜਾ ਕੇ ਆਏ ਨੇ ਮਾਨਸੇ ਸਾਹਿਬ ਦੇ ਘਰੇ ਤਾਂ ਕੋਈ ਵੀ ਬੰਦਾ ਸਕਦਾ ਕੱਲ੍ਹ ਨੂੰ ਮੇਰੇ ਘਰੇ ਆ ਜਾਣਗੇ ਕੱਲ੍ਹ ਪਿਛਲੀ ਵਾਰੀ ਬਾਂਸਲ ਸਾਹਿਬ ਸਾਡੇ ਘਰੇ ਵੀ ਆ ਕੇ ਗਏ ਨੇ ਪਰ ਐਂ ਤਾਂ ਨਹੀਂ ਅਸੀਂ ਮਦਦ ਕਰਤੀ ਉਹਨਾਂ ਦੀ ਉਹ ਤਾਂ ਵਰਕਰਾਂ ਦੇ ਨਾਲ ਚਲੇ ਜਾਊ ਲੋਕਾਂ ਦੇ ਨਾਲ ਚਲੇ ਜਾਊਗਾ ਤਾਂ ਕਰਕੇ ਹੁਣ ਮਾਨਸੇ ਸਾਹਿਬ ਦੇ ਸਿੱਧੂ ਮੂਸੇਵਾਲਾ ਸਾਹਿਬ ਘਰੇ ਜਾ ਕੇ ਆਏ ਨੇ ਪਰ ਕੱਲ੍ਹ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਵੀ ਅਸੀਂ ਉਹਨਾਂ ਨਾਲ ਨਹੀਂ ਹੈਗੇ ਉਹਨਾਂ ਸਟੈਂਡ ਕਲੀਅਰ ਹੋ ਗਿਆ ਪਾਰਟੀ ਦੇ ਸਾਡੇ ਲੀਡਰ ਨੇ ਸਾਡਾ ਜਾਣ ਦਾ ਹੱਕ ਬਣਦਾ ਜੀ ਕਿਉਂਕਿ ਅਸੀਂ ਪਾਰਟੀ ਦੇ ਮੈਂਬਰ ਹਾਂ ਅਸੀਂ ਪੁਰਾਣੇ ਧੁਰ ਤੋਂ ਕਾਂਗਰਸੀ ਹਾਂ ਜੇ ਅਸੀਂ ਨਹੀਂ ਜਾਵਾਂਗੇ ਉਹਨਾਂ ਦੀ ਵੀ ਆਪਾਂ ਤੋਹੀਨ ਕਰਾਂਗੇ ਉਹਨਾਂ ਨੂੰ ਆਪਾਂ ਜੇ ਨਾ ਜਾਵਾਂਗੇ ਜੇਕਰ ਸਿੱਧੂ ਮੂਸੇਵਾਲੇ ਨੂੰ ਟਿਕਟ ਮਿਲਦੀ ਹੈ ਤੁਸੀਂ ਸਾਰੇ ਆਗੂ ਹਾਂ ਜਿੰਨੇ ਸਾਰੇ ਤੁਸੀਂ ਬਗਾਵਤ ਕਰ ਰਹੇ ਹੋ ਇਸ ਹਿਸਾਬ ਨਾਲ ਤਾਂ ਫਿਰ ਕਾਂਗਰਸ ਦੀ ਸੀਟ ਪਿੱਛੇ ਚਲੀ ਜਾਊਗੀ ਮਾਨਸਾ ਦੀ ਫਿਰ ਉਹ ਤਾਂ ਹਾਈਕਮਾਂਡ ਦੇਖੀ ਜੀ ਪਿਛਲੀ ਵਾਰ ਵੀ ਗਈ ਹੈ ਜੀ ਪਿਛਲੀ ਵਾਰੀ ਇੱਕ ਟਿਕਟ ਦੇਣ ਦਾ ਸਦੂਗੜ ਵੀ ਹਾਰੇ ਆਪਣਾ ਬੁਢਲਾਟਾ 1100 ਵੋਟਾਂ 'ਤੇ ਹਾਰਿਆ ਜੀ ਜੇ ਇੱਕ ਟਿਕਟ ਗਲਤ ਹੋਈ ਸਾਰੀ ਟਿਕਟਾਂ ਹਾਰ ਗਏ ਜੀ ਜ਼ਿਲ੍ਹੇ ਦੀਆਂ ਤਿੰਨ ਧਿਰਾਂ ਬਣੀਆਂ ਹੁਣ ਕੀ ਤਿੰਨੇ ਧਿਰਾਂ ਇਕੱਠੀਆਂ ਨਹੀਂ ਹੋ ਸਕਦੀਆਂ ਕਾਂਗਰਸ ਹਾਈ ਕਮਾਂਡ ਨੂੰ ਮੰਗ ਨਹੀਂ ਕਰ ਸਕਦੀਆਂ ਤਿੰਨੇ ਧਿਰਾਂ ਇਕੱਠੀਆਂ ਹੋ ਕੇ ਵੀ ਸਾਡੇ 'ਚੋਂ ਇੱਕ ਨੂੰ ਦੇ ਦੇ ਸਾਰੀ ਸਾਰੀ ਮੰਗ ਰਹੇ ਜੀ ਸਾਰੇ ਅੱਜ ਕੱਲ੍ਹ ਮਾਨਸੇ ਸਾਹਿਬ ਨੇ ਵੀ ਕਿਹਾ ਵੀ ਕਾਂਗਰਸ ਨੂੰ ਦੇ ਦਿਉ ਅਸੀਂ ਵੀ ਕਿਹੜੇ ਕਾਂਗਰਸ ਨੂੰ ਦੇ ਦਿਉ ਸਰਵੇ ਸਾਰਾ ਟਿਕਟ ਦੇ ਦਿਉ ਜਿਹਦਾ ਸਰਵੇ ਡਿਜ਼ਰਵਿੰਗ ਸਰਵੇ ਗਾ ਅਮਰਿੰਦਰ ਸਿੰਘ ਦੇ ਤੁਹਾਡਾ ਪਰਿਵਾਰ ਸਭ ਤੋਂ ਨਜ਼ਦੀਕੀ ਹੈ ਕੀ ਤੁਸੀਂ ਕਾਂਗਰਸ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਜਾ ਸਕਦੇ ਹੋ ਨਹੀਂ ਜੀ ਹਾਲੇ ਤਾਂ ਕੋਈ ਫੈਸਲਾ ਨਹੀਂ ਇਹ ਜਿਹਾ ਮੈਂ ਤਾਂ ਤੁਹਾਨੂੰ ਦੱਸੀ ਨਾ ਅਸੀਂ ਕਾਂਗਰਸ ਦੇ ਵਿੱਚ ਹੈਗੇ ਹਾਂ ਜੀ ਅਸੀਂ ਕੱਲ੍ਹ ਜੇ ਮੈਂ ਜਾਣਾ ਹੁੰਦਾ ਮੈਂ ਕੱਲ੍ਹ ਸਿੱਧੂ ਸਾਹਿਬ ਕੋਲ ਕਿਉਂ ਜਾਂਦਾ ਜੀ ਜੇ ਮੈਂ ਉਹਨਾਂ ਦੀ ਪਾਰਟੀ 'ਚ ਜਾਣਾ ਹੁੰਦਾ ਜੇ ਮੇਰਾ ਕੋਈ ਫੈਸਲਾ ਹੁੰਦਾ ਮੈਂ ਸਿੱਧੂ ਸਾਹਿਬ ਦੇ ਅੱਖੇ ਕਿਉਂ ਜਾਂਦਾ ਬੁਲਾਇਆ ਦਾ ਮੂਸੇਵਾਲੇ ਨੂੰ ਟਿਕਟ ਦੇ ਦਿੰਦੇ ਆ ਆਜ਼ਾਦ ਲੜਨ ਦਾ ਦੇਖੋ ਜੀ ਉਹ ਤਾਂ ਵਰਕਰ ਹੀ ਲੈ ਲਵਾਂ ਜੀ ਮੈਂ ਸੋਚ ਕੀ ਇਹਨਾਂ ਮੈਂ ਪਹਿਲਾਂ ਵੀ ਵਰਕਰ ਮਤਲਬ ਸਾਰੇ ਅਸੀਂ ਇਸ ਤੋਂ ਬਾਅਦ ਵਰਕਰ ਮੀਟਿੰਗ ਕਰਾਂਗੇ ਸਾਰੇ ਕਿਹੜੇ ਅਸੀਂ ਆਪਣੇ 100-200 ਵਰਕਰ ਆ ਕਿਹੜਾ ਮੇਨ ਸ਼ਹਿਰ ਦੇ ਵਿੱਚ ਵੀ ਨੇ ਭੀਖੀ ਦੇ ਵਿੱਚ ਵੀ ਨੇ ਪਰ ਅਸੀਂ ਸਾਰੇ ਆਪਦੇ ਰਾਏ ਕਰਕੇ ਉਸ ਨੂੰ ਅੱਗੇ ਜ਼ਰੂਰ ਦੱਸਿਆ ਜਾਵੇਗਾ ਕਿਉਂ ਨਹੀਂ ਐਕਸੈਪਟ ਕਰ ਰਹੇ ਫਿਰ ਸਿੱਧੂ ਮੂਸੇਵਾਲੇ ਨੂੰ ਕਾਂਗਰਸੀ ਤਾਂ ਉਹ ਵੀ ਨੇ ਕਿਉਂਕਿ ਕਾਂਗਰਸ ਦੇ ਵਿੱਚ ਹੀ ਜੁਆਇਨ ਕੀਤਾ ਸਿੱਧੂ ਮੂਸੇਵਾਲੇ ਨੇ ਫਿਰ ਐਕਸੈਪਟ ਕਿਉਂ ਨਹੀਂ ਕਰ ਰਹੇ ਉਸ ਐਕਸੈਪਟ ਨਹੀਂ ਰੌਲਾ ਜੀ ਮਿਹਨਤ ਦਾ ਰੌਲਾ ਜੀ ਹੁਣ 1992 ਤੋਂ ਲੈ ਕੇ 2012 ਤੱਕ ਸਾਡੇ ਪਰਿਵਾਰ ਨੇ ਇੱਥੇ ਨੁਮਾਇੰਦਗੀ ਕੀਤੀ ਹੈ
ਸਾਰੀ ਟਿਕਟ ਕਰਕੇ ਬਾਂਸਲ ਸਾਹਿਬ ਨੂੰ ਟਿਕਟ ਦੇ ਦਿੱਤੀ ਜੀ। ਦੋ ਤਿੰਨ ਸਾਲ ਉਹਨਾਂ ਨੇ ਹੌਲੀ 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 ਰਾਬਤਾ ਕਾਇਮ ਕੀਤਾ ਹੋਊਗਾ, ਚਲੋ ਮੈਂ ਉਹ ਗੱਲਾਂ ਨਹੀਂ ਪੈਣਾ। ਫਿਰ ਮਾਨਸੀਆ ਸਾਹਿਬ ਆ ਗਏ ਜੀ, ਮਾਨਸੀਆ ਸਾਹਿਬ ਨੇ ਹੌਲੀ ਹੌਲੀ ਕਰ ਲਾਂਗੇ। ਫਿਰ ਚਲਬੁੱਟੀ ਸਾਹਿਬ ਨੂੰ ਫੰਡ ਦਿੱਤੇ ਜੀ। ਚਲੋ ਚਲਬੁੱਟੀ ਸਾਹਿਬ ਪੁਰਾਣੇ ਕਾਂਗਰਸੀ ਨੇ, ਮੈਂ ਨਹੀਂ ਕਹਿੰਦਾ, ਪਰ ਇੱਕ ਸਟੀਕ ਇੱਕ ਇੱਕ ਲੀਡਰ ਹੋਵੇ ਜਿਹਨਾਂ ਕਾਂਗਰਸੀ ਵਰਕਰ ਨਾ ਤੰਗ ਹੋਣ। ਮੈਂ ਬੁਲਾ ਲੈਣਾ, ਕੋਈ ਮਾਨਸੀਆ ਸਾਹਿਬ ਬੁਲਾ ਲੈਂਦੇ ਆ, ਕੋਈ ਬਾਂਸਲ ਬੁਲਾ ਲੈਂਦਾ, ਕੋਈ ਵਿੱਕੀ ਬੁਲਾ ਲੈਂਦੇ ਆ, ਕਾਂਗਰਸ ਵਰਕਰਾਂ ਨੂੰ ਵੀ ਪਤਾ ਸੀ ਕਿੱਧਰ ਜਾਣਾ ਹੈਗਾ ਜੀ। ਤਾਂ ਕਰਕੇ ਟਿਕਟ ਉਹਨੂੰ ਮਿਲੇ ਜਿਹੜਾ ਇੱਥੇ ਚੋਣ ਲੜੂਗਾ, ਇੱਥੋਂ ਜਿੱਤੇ ਆ ਰਹੇ ਪਰ ਲੋਕਾਂ ਦੇ ਵਿੱਚ ਰਹੇ, ਮੇਨ ਮਕਸਦ ਆ ਗਿਆ ਜੀ। ਦੇਖੋ ਐੱਮ ਐੱਲ ਏ ਦਾ, ਦੇਖੋ ਜਿਹੜੀ ਜਿਹਦੀ ਕਿਸਮਤ ਆ ਉਹਨੂੰ ਕਿਸਮਤ ਨਾਲ ਮਿਲ ਹੀ ਜਾਣਾ, ਮਿਹਨਤ ਕਰਨਾ ਆਪਣਾ ਫਰਜ਼, ਕੋਈ ਕਿਸਮਤ ਕੋਈ ਕਿਸ ਤੋਂ ਖੋ ਨਹੀਂ ਸਕਦਾ। ਪਰ ਸਾਡਾ ਇੱਕ ਫਰਜ਼ ਆ ਵੀ ਵੋਟਾਂ ਬਾਅਦ ਐਂ ਨਾ ਹੋਵੇ ਯਾਰ ਬਈ 2017 ਵਾਲਾ, ਫਿਰ 2017 ਤੋਂ ਲੈ ਕੇ 2022 ਵਾਲਾ ਕਿਹੜਾ 5 ਸਾਲ ਰਹੇ ਨੇ, ਕਾਂਗਰਸ ਦੇ ਹੁੰਦੇ ਹੋਏ ਵੀ ਕਾਂਗਰਸ ਨਾਲ ਮਾੜੀ ਹੁੰਦੀ ਰਹੀ ਹੈ ਜੀ। ਜੇਕਰ ਤੁਸੀਂ ਸਾਰੇ ਆਗੂ ਮੰਨ ਰਹੇ ਹੋ ਵੀ ਤੁਸੀਂ ਮਿਹਨਤ ਕੀਤੀ ਹੈ, ਫਿਰ ਤੁਸੀਂ ਜਿੰਨੇ ਵੀ ਆਗੂ ਆ ਸਾਰੇ ਇੱਕ ਮੰਚ 'ਤੇ ਕਿਉਂ ਨਹੀਂ ਇਕੱਠੇ ਹੋ ਰਹੇ? ਇੱਕ ਮੰਚ 'ਤੇ ਦੱਸੋ ਜੀ ਕਿੱਥੇ ਇਕੱਠੇ ਹੋਣੇ? ਮੈਂ ਇੱਥੋਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ, ਐੱਮ ਐੱਲ ਏ ਸਾਹਿਬ ਸਭ ਤੋਂ ਸੀਨੀਅਰ ਨੇ, ਉਹਨਾਂ ਦੇ ਘਰੇ ਜਾਂ ਉਹਨਾਂ ਦੇ ਆਪਣਾ? ਨਹੀਂ ਨਹੀਂ, ਅਲੱਗ ਅਲੱਗ ਕਾਨਫਰੰਸਾਂ ਹੋ ਰਹੀਆਂ, ਤੁਹਾਡੇ ਜਿੰਨੇ ਵੀ ਆਗੂ ਨੇ ਅਲੱਗ ਅਲੱਗ ਕਾਨਫਰੰਸਾਂ ਕਰ ਰਹੇ ਨੇ, ਇੱਕ ਮੰਚ 'ਤੇ ਫਿਰ ਵੀ ਕਿਉਂ ਨਹੀਂ ਇਕੱਠੇ ਨਹੀਂ, ਕਿਉਂ ਨਹੀਂ ਹੋ ਰਹੇ? ਦੇਖੋ ਜੀ, ਮੇਰੀ ਖਿਆਲ ਸੁਣੋ, ਮੈਂ ਸਭ ਤੋਂ ਉਮਰ ਸਭ ਤੋਂ ਛੋਟਾ, ਮੈਂ ਤਾਂ ਠੀਕ ਹੈ ਜੀ, ਉਹ ਵੱਡਿਆਂ ਦਾ ਫੈਸਲਾ ਹੈਗਾ। ਗਾਗੋਵਾਲ ਸਾਹਿਬ 2002 ਜੇ ਤੁਹਾਨੂੰ ਯਾਦ ਆ, ਤੁਹਾਨੂੰ ਸਾਰਿਆਂ ਨੂੰ ਆ ਸਾਰੇ ਬੈਠੇ ਨੇ, 2002 ਜੀ ਗਾਗੋਵਾਲ ਸਾਹਿਬ ਨੇ ਸਾਨੂੰ ਇਕੱਠੇ ਕੀਤਾ ਸੀਗਾ ਜੀ। ਉਹਦੇ ਵਿੱਚ ਚਲੋ ਮੈਂ ਨਾਮ ਨਹੀਂ ਲੈਂਦਾ, ਇੱਥੇ ਅਗਲੇ ਕਹਿਣਗੇ ਮਤਲਬ ਜਦੋਂ ਇੱਥੇ ਮਨਜੂਤ ਹੀ ਹੈ ਨਹੀਂ ਕਈ ਬੰਦੇ, ਆ ਭੂਸ਼ਣ ਜੀ ਬੈਠੇ ਨੇ, ਦਰਸ਼ਨ ਖਾਰਾ ਜੀ ਬੈਠੇ ਨੇ, ਗੋਲਡੀ ਬੈਠੇ ਆ, ਸਾਰੇ ਬੈਠੇ ਨੇ, ਸਾਰੇ ਸਰਪੰਚ ਅਮਰੀਕ ਜੀ ਖੜ੍ਹੇ ਨੇ ਪਿੱਛੇ। 2002 ਦੇ ਵਿੱਚ ਗਊਸ਼ਾਲਾ ਦੇ ਵਿੱਚ ਇਕੱਠ ਕੀਤਾ ਸੀਗਾ ਇੱਕ ਮੰਚ 'ਤੇ, ਅਤੇ ਉਹਨਾਂ ਨੇ ਫੈਸਲਾ ਕੀਤਾ ਆਪਾਂ ਯਾਦ ਲੜਾਵਾਂਗੇ। ਮਾਨਸੀਆ ਸਾਹਿਬ ਸਭ ਤੋਂ ਸੀਨੀਅਰ ਨੇ, ਉਹ ਇਕੱਠੇ ਕਰ ਲੈਣ, ਅਸੀਂ ਕਿੱਥੇ ਉਹ ਕਹਿਣਗੇ ਅਸੀਂ ਵਗ ਜਾਂਗੇ, ਅਤੇ ਜਿਵੇਂ ਫੈਸਲਾ ਆਊਗਾ ਸਾਰਿਆਂ ਦਾ ਇਕੱਠਿਆਂ ਦਾ। ਇਕੱਲੇ ਲੀਡਰਾਂ ਦੀ ਗੱਲ ਵੀ ਨਾ ਕਰੋ ਨਾ, ਵਰਕਰਾਂ ਦੀ ਗੱਲ ਕਰੋ। ਲੀਡਰਾਂ ਨੇ ਵੋਟਾਂ ਨਹੀਂ ਪਾਉਣੀਆਂ, ਪੋਲਿੰਗ ਬੂਥ ਲਾਉਣਾ ਵਰਕਰਾਂ ਨੇ, ਲੀਡਰਾਂ ਨੇ ਪੋਲਿੰਗ ਬੂਥ ਲਾਉਣਾ ਜੀ। ਇਸ ਤਾਂ ਚਿੱਟੇ ਪਾ ਕੇ ਸਵੇਰੇ ਨਿਕਲ ਜਾਣਾ ਹੈਗਾ, ਠੀਕ ਹੈ ਜੀ। ਕਿਹੜੇ ਉੱਥੇ ਪੋਲਿੰਗ ਬੂਥ ਲਾਉਣਗੇ, ਐਂ ਨਾ ਹੋਵੇ ਬਈ ਵਰਕਰ ਕਿਸੇ ਹੋਰ ਸਹਿਮਤ ਨਾ ਹੋਣ, ਅਸੀਂ ਲੀਡਰ ਕੋਈ ਹੋਰ ਸਹਿਮਤੀ ਕਰ ਲਈਏ। ਤਾਂ ਹੀ ਕਰਕੇ ਕਿਵੇਂ ਬਾਈ ਨੇ ਪੁੱਛਿਆ ਪੀ ਐੱਲ ਸੀ ਕਿੰਨੀ ਹੋ, ਹਾਲੇ ਕੋਈ ਵਰਕਰ ਜਿਵੇਂ ਪੀ ਐੱਲ ਸੀ ਜਾਣਾ ਹੁੰਦਾ, ਮੈਂ ਇਹਨਾਂ ਨਾਲ ਸਲਾਹ ਕਿਉਂ ਕਰਦਾ ਜੀ? ਇਹਨਾਂ ਸਲਾਹ ਕਰਕੇ ਜਿਵੇਂ ਕਹਿਣਗੇ ਉਵੇਂ ਕਰਾਂਗੇ। ਪਰ ਮਾਨਸੀ ਸਾਹਿਬ ਸਭ ਤੋਂ ਸੀਨੀਅਰ ਨੇ, ਸਾਨੂੰ ਇਕੱਠੇ ਕਰ ਲੈਣ, ਅਸੀਂ ਹੋ ਜਾਵਾਂਗੇ ਜੀ, ਜਿਵੇਂ ਸਾਰਾ ਫੈਸਲਾ ਉਹ ਅਸੀਂ ਮਨਜ਼ੂਰ। ਮਾਈਕਲ, ਜਿਵੇਂ ਆਪਾਂ ਹੁਣ ਪਹਿਲਾਂ ਵੀ ਇਹਨਾਂ ਨਾਲ ਗੱਲ ਕਰੀ ਆ, ਜੇ ਲੱਗਦਾ ਗਾ ਵੀ ਹਾਂ ਸਿੱਧੂ ਮੂਸੇਵਾਲੇ ਨੂੰ ਹੀ ਟਿਕਟ ਮਿਲ ਗਈ, ਤੁਹਾਡੇ ਜਿਵੇਂ ਦਾਦਾ ਜੀ ਨੇ ਕਿਸੇ ਸਮੇਂ ਆਜ਼ਾਦ ਲੜ ਕੇ ਜਿੱਤ ਪ੍ਰਾਪਤ ਕਰਕੇ ਕਾਂਗਰਸ ਨੂੰ ਦਿਖਾਇਆ ਸੀ, ਉਹ ਇਹੋ ਜਿਹਾ ਕੋਈ ਸ਼ਕਤੀ ਪ੍ਰਦਰਸ਼ਨ ਜਿਵੇਂ ਹੁੰਦਾ ਤੁਸੀਂ ਇਕੱਠਾ ਕਰ? ਮੈਂ 2 ਵਾਰੀ ਕਰ ਚੁੱਕਿਆ ਜੀ, ਮੈਂ ਤਾਂ ਇਕੱਲਾ 2 ਵਾਰੀ ਸ਼ਕਤੀ ਪ੍ਰਦਰਸ਼ਨ ਕੀਤਾ। ਲੋੜ ਪੈ ਗਈ ਤਾਂ ਜੇ ਜਮਾਂ ਸਿਰ ਪੁੱਤਾਂ ਨੂੰ ਪਾਣੀ ਲੰਘਦਾ ਲੱਗਿਆ ਤਾਂ ਚੋਣ ਲੜ ਕੇ ਉਹ ਬਿਲਕੁਲ ਕਰ ਸਕਦੇ ਜੀ, ਜ਼ਰੂਰ ਕਰਾਂਗੇ ਜੀ। ਜੇ ਵਰਕਰ ਕਹਿਣਗੇ ਜ਼ਰੂਰ ਲੜਾਂਗੇ, ਉਦੋਂ ਵਰਕਰਾਂ ਨੇ, ਮੈਂ ਤੁਹਾਨੂੰ ਕੀ ਕਹਿੰਦਾ ਜੀ, ਉਦੋਂ ਮੈਂ ਹੁਣ ਲੀਡਰਾਂ ਦੇ ਤੁਹਾਨੂੰ ਵੀ ਪਤਾ ਕਿਹੜੇ ਕਿਹੜੇ ਉਦੋਂ ਲੀਡਰ ਗਾਗੋਵਾਲ ਸਾਹਿਬ ਨਾਲ ਸੀਗੇ, ਉਦੋਂ ਵੀ ਉਹਨਾਂ ਨੇ ਉੱਥੇ ਇਕੱਠ ਹੋਏ ਕਿਹਾ ਵੀ ਲੜੋ ਚੋਣ, ਅਤੇ ਜ਼ਰੂਰ ਲੜਾਂਗੇ। ਜੇ ਹੁਣ ਅਸੀਂ ਸਾਰੇ ਇਕੱਠੇ ਹੁੰਦੇ ਹਾਂ, ਜੇ ਮੇਰੇ 'ਤੇ ਕਹਿੰਗੇ ਮੈਂ ਸਹਿਮਤੀ ਕਰੂੰਗਾ, ਜੇ ਮੇਰੇ ਨੂੰ ਕਹਿਣਗੇ ਵੀ ਗਾਗੋਵਾਲ ਪਰਿਵਾਰ ਲੜੂ, ਮੈਂ ਲੜ ਲੂੰਗਾ ਜੀ। ਜੇ ਐੱਮ ਐੱਲ ਏ ਸਾਹਿਬ 'ਤੇ ਸਹਿਮਤੀ ਹੋਈ, ਐੱਮ ਐੱਲ ਏ ਸਾਹਿਬ ਲੜਦਾ ਨਹੀਂ, ਜਿਹਦੇ ਵੀ ਸਹਿਮਤੀ ਹੋਈ ਅਸੀਂ ਇਕੱਠੇ ਹਾਂ, ਅਸੀਂ ਲੜਾਂਗੇ, ਜ਼ਰੂਰ ਲੜਾਂਗੇ। ਪਰ ਰੌਲਾ ਕੀ ਹੈ ਜੀ, ਏਕੇ ਦਾ ਸ਼ਰਪਿੰਦਰ ਨਾਲ ਇਸ ਵਿਸ਼ੇ 'ਤੇ ਕਦੇ ਗੱਲ ਹੋਈ ਆ? ਨਹੀਂ, ਮੇਰੀ ਮੇਰੀ ਵੀ ਕਾਫੀ ਵਾਰ ਇੱਕੋ ਗੱਲ ਕਹੀ ਆ, ਕਹਿੰਦਾ ਮੈਨੂੰ ਕਿਸੇ ਦਾ ਨਹੀਂ ਪਤਾ ਜੇ ਮਾਈਕਲ ਕਿ ਜਿਵੇਂ ਹੁਣ ਕਰ ਰਿਹਾ, ਕਹਿੰਦਾ ਅਸੀਂ ਵੀ ਵਿਰੋਧੀ ਹਾਂ, ਉਹ ਵੀ ਕਰ ਰਿਹਾ ਵਿਰੋਧ, ਜੇ ਉਹ ਕਹਿੰਦੇ ਆ ਵੀ ਅਸੀਂ ਚੋਣ ਲੜਦੇ, ਕਹਿੰਦਾ ਮੈਂ ਨੰਗਾ ਚਿੱਟਾ ਹੋ ਕੇ ਉਹਨਾਂ ਦੀ ਸਪੋਰਟ ਕਰੂੰ, ਉਹਨਾਂ ਨਾਲ ਖੜੂੰ ਜੇ ਪਾਰਟੀ ਟਿਕਟ ਦਿੰਦੀ ਆ, ਅਤੇ ਜੇ ਨਹੀਂ ਦਿੰਦੀ ਪਾਰਟੀ ਟਿਕਟ ਤਾਂ ਵੀ ਉਹ ਤੁਹਾਡੀ ਮਦਦ ਕਰਨ ਨੂੰ ਤਿਆਰ ਆ ਕਿਸੇ ਪਿੱਛੇ 'ਤੇ ਗੱਲ? ਨਹੀਂ, ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਕਿਸੇ ਲੀਡਰ ਸਾਹਿਬਾਂ ਨਾਲ, ਕਿਤੇ ਵੀ ਨਾ ਮੇਰੀ ਐੱਮ ਐੱਲ ਏ ਸਾਹਿਬ ਨਾਲ ਕਿਤੇ ਹੋਈ ਹੈ ਜੀ, ਨਾ ਮੇਰੀ ਚੁਸ਼ਪਿੰਦਰ ਨਾਲ ਹੋਈ ਹੈ, ਨਾ ਮੇਰੀ ਵਿੱਕੀ ਨਾਲ ਹੋਈ ਹੈ, ਕਿਸੇ ਵੀ ਮੇਰੀ ਕਿਸੇ ਨਾਲ ਗੱਲਬਾਤ ਨਹੀਂ। ਪਰ ਸਵਾਗਤ ਸਾਰਿਆਂ ਦਾ ਜੀ, ਜਿਵੇਂ ਸਾਰੇ ਇਕੱਠੇ ਹੋ ਕੇ ਕਹਿਣਗੇ ਉਵੇਂ ਅਸੀਂ ਨਾਲ, ਕੋਈ ਚੱਕਰ ਵਾਲੀ ਗੱਲ ਨਹੀਂ। ਤੁਸੀਂ ਸਾਰਾ ਪਰਿਵਾਰ ਹੀ ਹੋ, ਤੁਸੀਂ ਵੀ ਜਿਹੜੇ ਵੀ ਪੱਤਰਕਾਰ ਤੁਸੀਂ ਆਏ ਹੋ ਸਾਡੇ ਨਾਲ, ਮੈਨੂੰ ਤਾਂ ਛੋਟੇ ਹੁੰਦੇ ਤੁਸੀਂ ਦੇਖਦੇ ਆਏ ਹੋ, ਤੁਸੀਂ ਸਾਰਾ ਪਰਿਵਾਰ ਜਿਵੇਂ ਕਹਿਣਗੇ ਉਵੇਂ ਨਾਲ, ਕੋਈ ਚੱਕਰ ਵਾਲੀ ਗੱਲ ਨਹੀਂ। ਚਾਹੇ ਆਜ਼ਾਦ ਲੜਨਾ ਭਾਈ ਆਜ਼ਾਦ ਲੜ ਲਾਂਗੇ, ਜਿਵੇਂ ਕੋਈ ਫੈਸਲਾ ਹੋਊਗਾ। ਨਾਜ਼ਰ ਮਾਨਸੀਆ ਕਹਿੰਦੇ ਨੇ ਵੀ ਉਹ ਆਪਦੇ ਹਲਕੇ 'ਚ ਚੋਣ ਲੜੇ, ਤੁਹਾਡਾ ਇਸ ਬਾਰੇ ਕੀ ਕਹਿਣਾ? ਨਹੀਂ, ਮੈਂ ਵੀ ਕਹਿੰਦਾ ਜੀ ਉਹ ਹਲਕੇ 'ਚ ਚੋਣ ਲੜ ਰਹੇ, ਕਿਤੋਂ ਵੀ ਲੜ ਸਕ, ਉਹ ਕਿਤੇ ਹੋਰ ਬਾਰ ਸਭ ਤੋਂ ਲੜ ਸਕਦੇ, ਵੱਡੇ ਫੇਸ ਆ ਜੀ, ਉਹ ਤਾਂ ਕਿਤੋਂ ਵੀ ਲੜ ਸਕਦੇ ਨੇ। ਪਰ ਉਹ ਹਾਈਕਮਾਂਡ ਦਾ ਫੈਸਲਾ ਜੀ, ਅਤੇ ਬਾਕੀ ਜਿਵੇਂ ਹਾਈਕਮਾਂਡ ਦਾ ਫੈਸਲਾ ਹੋਊ, ਉਸ ਦੇ ਫੈਸਲੇ ਦੇਖ ਕੇ ਫਿਰ ਅਸੀਂ ਆਪਦਾ ਫੈਸਲਾ ਲਵਾਂਗੇ। ਮੈਂ ਤਾਂ ਜੀ, ਮੇਰੀ ਤਾਂ ਉਮਰ ਹਾਲੇ 26 ਸਾਲ ਆ, ਤੁਸੀਂ ਮੇਥੋਂ ਵੱਧ ਦੇਖ ਚੁੱਕੇ ਹੋ। 2019-97 ਵਿੱਚ ਆਪਣੀ ਟਿਕਟ ਕੱਢ ਕੇ ਆਪਣੇ ਜੋਗੇ ਦਿੱਤੀ ਜੀ, ਆਪਾਂ ਹਾਰ ਗਏ ਉੱਥੋਂ ਕਿਉਂਕਿ ਨਵਾਂ ਹਲਕਾ ਸੀ। 2002 ਵਿੱਚ ਆਪਾਂ ਨੂੰ ਟਿਕਟ ਕੱਢਤੀ, ਨਾਲੇ ਪਤਾ ਜੀ ਡਿਜ਼ਰਵਿੰਗ ਕੈਂਡੀਡੇਟ ਆਪਾਂ ਆਜ਼ਾਦ
ਆਪਾਂ ਫਿਰ ਇੱਥੇ ਇਕੱਠ ਕੀਤਾ, ਫਿਰ ਆਪਾਂ ਟਿਕਟ ਦਿੱਤੀ। ਆਏ ਵਾਰੀ ਸਾਨੂੰ ਤਾਂ ਪਾਰਟੀ ਨੂੰ ਦੱਸਣਾ ਪੈਂਦਾ ਵੀ ਅਸੀਂ ਇੱਥੇ ਹੈਗੇ ਹਾਂ। ਉਹ ਦੇਖੋ ਪਾਰਟੀ ਦੀ ਗਲਤੀਆਂ ਨੇ, ਕਿਹਦੀ ਗਲਤੀਆਂ ਨੂੰ ਤੁਹਾਨੂੰ ਪਤਾ ਹੀ ਸਾਰੀ। ਕਹਿੰਦੇ ਭਾਵ ਕਹਿੰਦੇ ਵੀ ਕਾਂਗਰਸ ਸਰਵੇ ਦੇ ਆਧਾਰ 'ਤੇ ਟਿਕਟ ਦਿੰਦੀ ਹੈ, ਫਿਰ ਪ੍ਰਧਾਨ ਜੀ ਕੋਲ ਸਹੀ ਜਾਣਕਾਰੀ ਨਹੀਂ ਜਾ ਰਹੀ ਜਾਂ ਸਹੀ ਸਰਵਾ ਨਹੀਂ ਹੋ ਰਿਹਾ, ਕੀ ਕਰਨ? ਦੇਖੋ ਹੁਣ ਉਹ ਤਾਂ ਫੈਸਲਾ ਉਹਨਾਂ ਦਾ, ਮੈਂ ਹੁਣ ਉਹ ਮੇਰੇ ਬਹੁਤ ਵੱਡੇ ਨੇ, ਮੈਂ ਤਾਂ ਉਹਨਾਂ ਦਾ ਕੁਛ ਵੀ ਨਹੀਂ ਹੈ ਨਹੀਂ ਉਹਨਾਂ ਮੂਹਰੇ ਤਾਂ, ਠੀਕ ਹੈ, ਉਹ ਤਾਂ ਉਹਨਾਂ ਦਾ ਫੈਸਲਾ, ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ। ਪਰ ਮੈਂ ਵੀ ਉਹਨਾਂ ਨੂੰ ਇਕੱਲਾ ਹੀ ਕਹਿ ਕੇ ਜੀ ਸਰਵੇ ਸਰ ਟਿਕਟ ਦੇ ਦਿਓ। ਦੇਖੋ ਮੇਰਾ ਕਿਸੇ ਦਾ ਵਿਰੋਧ ਨਹੀਂ ਹੈਗਾ, ਬੰਸਲ ਪਰਿਵਾਰ ਇੱਥੇ 3 ਵਾਰੀ ਹਾਰ ਚੁੱਕਿਆ ਜੀ। ਤੁਸੀਂ ਇੱਕ ਪਾਸੇ ਸਾਡਾ ਪਰਿਵਾਰ ਰੱਖ ਲਓ ਜੀ, ਇੱਕ ਪਾਸੇ ਬੰਸਲ ਪਰਿਵਾਰ ਰੱਖ ਲਓ, ਇੱਕ ਪਾਸੇ ਮੂਸੇਵਾਲਾ ਸਾਹਿਬ ਰੱਖ ਲਓ, ਇੱਕ ਪਾਸੇ ਕੋਈ ਹੋਰ ਲੀਡਰ। ਮੈਂ ਦੇਖੋ ਕਿਸੇ ਸ਼ਾਨ ਦੇ ਖਿਲਾਫ ਰਾਜਨੀਤੀ ਸ਼ਾਨ ਦੇ ਖਿਲਾਫ ਮੈਂ ਕਿਤੇ ਕਿਸੇ ਸ਼ਬਦ ਬੋਲੇ ਨਾ, ਪਹਿਲਾਂ ਕਿਤੇ ਬੋਲਾਂ। ਬੰਸਲ ਸਾਹਿਬ 3 ਵਾਰੀ ਹਾਰ ਚੁੱਕੇ ਜੀ, ਉਹ ਪਾਰਟੀ ਵੀ ਚੇਂਜ ਕਰ ਚੁੱਕਿਆ, ਉਹ ਇੰਪਰੂਵਮੈਂਟ ਟਰੱਸਟ ਸੋਰੀ ਪਲੈਨਿੰਗ ਬੋਰਡ ਚੇਅਰਮੈਨ ਵੀ ਰਹਿ ਚੁੱਕਿਆ ਕੱਲ੍ਹ ਦਲ 'ਚ। ਉਹਨਾਂ ਨੂੰ ਹੁਣ ਜ਼ਿਲ੍ਹਾ ਪ੍ਰਧਾਨ ਵੀ ਲਾਤਾ ਜੀ, ਉਹਨਾਂ ਨੂੰ ਮੈਨੀਫੈਸਟੋ ਮੈਂਬਰ ਵੀ ਲਾਤਾ, ਉਹਨਾਂ ਨੂੰ ਹੁਣ ਟਿਕਟ ਵੀ ਦੇਣ ਜਾ ਰਹੀ ਪਾਰਟੀ, ਜੋ ਪਤਾ ਲੱਗ ਰਿਹਾ ਮੌੜ ਤੋਂ। ਉਹਨਾਂ ਵਿੱਚ ਭਾਈ ਕੀ ਖਾਸੀਅਤ, ਭਾਈ ਸਾਡੇ ਵਿੱਚ ਕੀ ਕਮੀ ਹੈ? ਨਹੀਂ ਜੀ, ਸਿੱਧੂ ਮੂਸੇਵਾਲ ਨੂੰ ਹੁਣ ਟਿਕਟ ਦੇ ਕੇ ਹਾਈ ਕਮਾਂਡ ਨੇ ਸਾਨੂੰ ਕਹਿਤਾ ਵੀ ਤੁਰੋ ਨਾਲ ਤੁਹਾਡੇ 'ਤੇ ਦਬਾਅ ਹੈ, ਤੁਰੋ ਇਹਨਾਂ ਤਾਂ ਪਿਛਲੀ ਵਾਰ ਵੀ ਕਹਿੰਦੇ ਸੀਗੇ ਤੁਰ ਪਏ ਸੀਗੇ ਜੀ, ਮੈਂ ਤਾਂ ਕਹਿਣਾ ਅਸੀਂ ਵਿਰੋਧ ਕੀਤਾ ਸੀਗਾ ਪਾਰਟੀ ਦੇ। ਦੇਖੋ ਪਾਰਟੀ ਨੇ ਸਾਨੂੰ ਨੋ ਡਾਊਟ, ਪਾਰਟੀ ਨੇ ਸਾਨੂੰ ਬਹੁਤ ਕੁਝ ਦਿੱਤਾ, ਸਾਨੂੰ 4 ਵਾਰੀ ਟਿਕਟ ਵੀ ਦਿੱਤੀ, ਜ਼ਿਲ੍ਹਾ ਪ੍ਰਧਾਨ ਵੀ ਮੇਰੇ ਫਾਦਰ ਨੂੰ ਬਣਾਇਆ, ਗਾਗਵਾਲ ਸਾਹਿਬ ਨੂੰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਣਾਇਆ, ਮੇਰੀ ਮਾਤਾ ਨੂੰ ਵੀ ਟਿਕਟ ਦਿੱਤੀ, ਪਾਰਟੀ ਸਾਰਾ ਕੋਈ ਬਹੁਤ ਜ਼ਿਆਦਾ ਦਿੱਤੀ ਸਾ। ਪਰ 5-6 ਸਾਲਾਂ 'ਚ ਅਸੀਂ ਆਪਦੇ ਦਮ 'ਤੇ ਲੀਡਰੀ ਕੀਤੀ, ਨਾ ਕਿ ਕਿਸੇ ਦੇ ਅਹੁਦੇ 'ਤੇ ਲੀਡਰੀ ਕੀਤੀ ਹੈ। ਆਹ ਸਾਰੇ ਮੇਰੇ ਨਾਲ ਪਰਿਵਾਰ ਤੌਰ 'ਤੇ, ਨਾ ਕੋਈ ਅਹੁਦੇ ਤੌਰ 'ਤੇ। ਤੁਹਾਨੂੰ ਵੀ ਪਤਾ ਗਿਆ ਇੱਕ ਵਾਰੀ ਵੀ ਸਾਨੂੰ ਕੋਈ ਪਾਰਟੀ 'ਚ ਅਹੁਦਾ ਨਹੀਂ ਦਿੱਤਾ, ਕੋਈ ਪਾਰਟੀ 'ਚ ਐਡਜਸਟਮੈਂਟ ਨਹੀਂ ਦਿੱਤੀ, ਕੋਈ ਸਾਨੂੰ ਸਰਕਾਰ 'ਚ ਨਹੀਂ ਕੀਤੀ। ਸਭ ਨੂੰ ਮਾਨਸਾ ਵਾਲੇ ਲੋਕਾਂ ਨੂੰ ਵੀ ਇਹ ਹੈਗਾ ਯਾਰ ਇੱਕ ਅਹੁਦਾ ਵੀ ਦਿੱਤਾ, ਤਾਂ ਲੋਕ ਸਾਡੇ ਨਾਲ ਖੜੇ, ਤਾਂ ਲੋਕਾਂ ਨੂੰ ਸਾਡੇ ਨਾਲ ਸਿੰਪਤੀ ਹੈ। ਮੇਰੀ ਲੀਡਰੀ ਜਿਹੜੀ ਸਾਡੀ ਆਪਦੀ ਰਾਜਨੀਤੀ ਆ, ਉਹ ਲੋਕਾਂ ਦੀ ਰਾਜਨੀਤੀ ਆ, ਦਮ 'ਤੇ ਰਾਜਨੀਤੀ ਕਰਦੇ, ਨਾ ਕਿ ਅਸੀਂ ਕੋਈ ਅਹੁਦੇ 'ਤੇ ਹਾਂ, ਕੋਈ ਆਪਦੇ 'ਤੇ ਇਹਤੇ ਝੂਠ ਤੂਫਾਨ 'ਤੇ, ਜਾਂ ਮੈਨੂੰ ਟਿਕਟ ਮਿਲੂ ਜੀ, ਮੈਨੂੰ ਮੇਰੀ ਮਿਹਨਤ ਕਰ ਦਿਓ ਜੀ। ਮੈਂ ਤਾਂ ਹਰੇਕ ਨੂੰ ਕਹਿਣਾ ਜੀ ਟਿਕਟ ਜੀ ਪਤਾ ਨਹੀਂ ਮਿਲੂ ਨਾ ਮਿਲੂ। ਮੈਂ ਰੈਲੀ ਕੀਤੀ, ਮੈਨੂੰ ਪਤਾ ਕੀ ਆ, ਮੈਂ ਕਹੀ ਟਿਕਟ ਮਿਲੇ ਨਾ ਮਿਲੇ, ਸਟਾਫ ਦੀ ਰੈਲੀ ਕਰਨੀ ਜੀ ਆਪਦੀ। ਅਸੀਂ ਕਿਸੇ ਦੇ ਖਿਲਾਫ਼ ਨਹੀਂ ਬੋਲਣਾ ਉੱਥੇ, ਅਸੀਂ ਤਾਂ ਆਪਦਾ ਸ਼ੋਅ ਕਰ ਰਹੇ ਵੀ ਸਾਡੇ ਪੱਲੇ ਦਾਣੇ ਹੈਗੇ ਆ, ਉਹ ਬਾਬੇ ਦੀ ਕਿਰਪਾ ਨਾਲ ਅਤੇ ਲੋਕਾਂ ਦੀ ਕਿਰਪਾ ਨਾਲ ਵਧੀਆ ਸਕਸੈਸਫੁਲ ਰਹੀ। ਤੁਸੀਂ ਸਾਰਿਆਂ ਨੇ ਉਦੋਂ ਕਵਰੇਜ ਕੀਤੀ ਰੈਲੀ, ਕੀ ਮਸਲਾ ਕੀ ਕਹਿਣਾ ਚਾਹੁੰਦਾ? ਮੈਂ ਤਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।